ਲੁਧਿਆਣਾ ਦੇ MP ਰਵਨੀਤ ਸਿੰਘ ਬਿੱਟੂ ਹੋਰਾਂ ਨੂੰ ਘਰ ਵਿੱਚ ਨਜ਼ਰਬੰਦ ਕਰਨ ਤੋਂ ਬਾਅਦ ਲੁਧਿਆਣਾ ਦੇ ਆਮ ਆਦਮੀ ਪਾਰਟੀ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਹੋਰਾਂ ਨੇ ਬਿੱਟੂ ਹੋਰਾਂ ਤੇ ਭੜਾਸ ਕੱਢਦੇ ਹੋਏ ਕਿਹਾ ਕਿ ਕਾਂਗਰਸੀ ਲੀਡਰ ਲਗਾਤਾਰ ਸਾਡੇ ਕੰਮਾਂ ਦੇ ਵਿੱਚ ਖਲਲ ਪਾਉਂਦੇ ਹਨ, ਕਦੇ ਬਾਹਰ ਤੇ ਕਦੇ ਵਿਧਾਨ ਸਭਾ ਦੇ ਵਿੱਚ ਡਰਾਮੇਬਾਜ਼ੀ ਕਰਦੇ ਨੇ। ਜੇਕਰ ਕੋਈ ਅਜਿਹੀਆਂ ਹਰਕਤਾਂ ਕਰੇਗਾ ਤਾਂ ਉਸਦੇ ਨਾਲ ਅਜਿਹਾ ਹੀ ਕੁਝ ਹੋਵੇਗਾ। ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਭਾਜਪਾ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਪੱਟਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਫੋਨ ਵੀ ਕੀਤੇ ਜਾ ਰਹੇ ਨੇ। ਇਸ ਤੋਂ ਇਲਾਵਾ ਉਹਨਾਂ ਨੇ ਹੋਰ ਕੀ ਕੁਝ ਕਿਹਾ ਉਹ ਵੀ ਸੁਣ ਲਓ। ਯਾਰ ਕਿਹੜੇ ਇਹ ਪ੍ਰੋਜੈਕਟ ਲਿਆਏ, ਕਿਹੜੇ ਇਹ ਕੰਮ ਲਿਆਏ, 5 ਸਾਲ ਤਾਂ ਇਹ ਲੱਭੇ ਨਹੀਂ, ਹੁਣ ਨਿਕਲ ਕੇ ਟੋਕਿਆ ਚੋਂ ਟਰੈਂ ਟਰੈਂ ਕਰਦੇ ਫਿਰਦੇ ਨੇ। ਕਿਹੜੇ ਪ੍ਰੋਜੈਕਟ ਸੀਗੇ ਯਾਰ, ਕਮਾਲ ਦੀ ਗੱਲ ਹੈ। ਅਸੀਂ 1.5-2 ਸਾਲ ਤੋਂ ਸਾਡੇ 92 MLA ਸਾਹਿਬਾਨ ਮਾਨਯੋਗ ਮੁੱਖ ਮੰਤਰੀ, ਇੱਕ ਵੀ ਬੰਦਾ ਸਾਡਾ MLA ਤੁਸੀਂ ਜਾਂ ਇੱਕ ਵੀ ਵਜ਼ੀਰ ਜਾਂ ਸਣੇ ਮੁੱਖ ਮੰਤਰੀ ਸਾਹਿਬ ਕਦੇ ਦੇਖਿਆ ਵੀ ਉਹ ਆਪਣੇ ਘਰਾਂ 'ਚ ਬੈਠੇ ਨੇ ਯਾਰ। ਸੜਕਾਂ 'ਤੇ ਰਹਿੰਦੇ ਹਾਂ ਅਸੀਂ, ਲੋਕਾਂ 'ਚ ਰਹਿੰਦੇ ਹਾਂ, ਲੋਕਾਂ ਦੇ ਕੰਮ ਕਰਦੇ ਹਾਂ, ਅਤੇ ਉਹ ਚੀਜ਼ ਇਹਨਾਂ ਤੋਂ ਹੁਣ ਬਰਦਾਸ਼ਤ ਨਹੀਂ ਹੋ ਰਹੀ। ਕਿਉਂਕਿ ਸਾਨੂੰ ਜਿਸ ਤਰੀਕੇ ਨਾਲ ਇਹਨਾਂ ਨੇ ਮਟੀਰੀਅਲ ਦੱਸਿਆ ਸੀਗਾ ਵੀ ਕਿਸ ਤਰੀਕੇ ਦਾ ਮਟੀਰੀਅਲ ਆ, ਉਹ ਮਟੀਰੀਅਲ ਹੁਣ ਇਹਨਾਂ ਨੂੰ ਦਿਖ ਰਿਹਾ ਵੀ ਇਹ ਮਟੀਰੀਅਲ ਇਹ ਸੋਲਿਡ ਮਟੀਰੀਅਲ ਅੰਬੂਜਾ ਸੀਮੈਂਟ ਵਾਲਾ ਹੀ ਮਟੀਰੀਅਲ ਆ ਜਿਹੜਾ ਕਿ ਉੱਖੜ ਵਾਲੇ। ਉਸ ਕਰਕੇ ਇਹਨਾਂ ਨੂੰ ਹੁਣ ਤਕਲੀਫ ਹੋਈ ਪਈ ਆ, ਢਿੱਡੀ ਪੀੜਾ ਪਈਆਂ ਵੀ ਅਸੀਂ ਕਰੀਏ ਕਿ ਜਾਈਏ ਕਿੱਧਰ, ਵਿਧਾਨ ਸਭਾ ਚੱਲ ਜਾਓ, ਉੱਥੇ ਇਹਨਾਂ ਕੋਈ ਜਵਾਬ ਨਹੀਂ। 2 ਮਿੰਟ ਗੱਲ ਕਰਕੇ ਭੁੰਜੇ ਬਹਿ ਜਾਂਦੇ ਨੇ, ਜਿਵੇਂ ਮਤਲਬ ਵਿਧਾਨ ਸਭਾ ਨੂੰ ਇਹਨਾਂ ਨੇ ਇੱਕ ਮਜ਼ਾਕ ਬਣਾ ਕੇ ਰੱਖਿਆ, ਜੋ ਕਿ ਸਾਡੀ ਪੰਜਾਬ ਦੀ ਪਵਿੱਤਰ ਮਹਾਂਪੰਚਾਇਤ, ਉੱਥੇ ਆ ਕੇ ਤੁਸੀਂ ਖਲਲ ਪਾਉਂਦੇ ਹੋ, ਕਦੇ ਤੁਸੀਂ ਪੰਜਾਬ ਦੇ ਐਡੇ ਐਡੇ ਸੰਜੀਦਗੀ ਵਾਲੇ ਸਾਡੇ ਮਸਲੇ ਚੱਲਦੇ ਹੁੰਦੇ ਆ, ਉੱਥੇ ਇਹ ਲੋਕ ਆ ਕੇ ਜਿਹੜੇ 12-15 ਰਹਿ ਗਏ ਨੇ ਟੋਟਰੂ, ਇਹ ਉੱਥੇ ਆ ਕੇ ਜਿਉਂ ਇਹ ਰੌਲਾ ਪਾਉਣ ਲੱਗਦੇ ਨੇ, ਜੋ ਰੌਲਾ ਪਾਉਣ ਲੱਗਦੇ ਨੇ, ਅਖੀਰ 'ਚ ਜਿੰਦਾਬਾਦ ਮੁਰਦਾਬਾਦ, ਜਿੰਦਾਬਾਦ ਮੁਰਦਾਬਾਦ। ਇਸ ਤੋਂ ਇਲਾਵਾ ਇਹਨਾਂ ਕੋਲ ਕੋਈ ਪੰਜਾਬ ਦੇ ਲਈ ਨਾਰਾ ਹੀ ਨਹੀਂ ਹੈ, ਅਤੇ ਇਸ ਕਰਕੇ ਕੁਛ ਨਹੀਂ ਹੈ। ਹੁਣ ਇਹ ਬਿਲਕੁਲ ਬੀਤੀ ਬਾਤ ਹੋ ਚੁੱਕੀ ਨੇ, ਆਊਟਡੇਟਿਡ ਲੋਕਾਂ ਨੇ ਇਹਨਾਂ ਨੂੰ ਕਰ ਦਿੱਤਾ ਹੈਗਾ। ਅਤੇ ਬਾਕੀ ਸਾਡੀ ਆਮ ਆਦਮੀ ਪਾਰਟੀ ਸਰਕਾਰ ਮਾਨਸਾ, ਦੇਖੋ ਦਿਨ ਰਾਤ ਅਸੀਂ ਕੰਮ ਕਰਦੇ ਨੇ, ਨੌਕਰੀਆਂ ਲੱਗ ਰਹੀਆਂ। BJP 'ਤੇ ਵੀ ਸਵਾਲ ਖੜ੍ਹੇ ਕੀਤੇ ਜਾ ਰਹੇ ਨੇ ਅਰਵਿੰਦ ਕੇਜਰੀਵਾਲ ਵੱਲੋਂ, ਉਹ ਕਹਿੰਦੇ ਨੇ ਕਿ ਸਾਡੇ ਵਿਧਾਇਕਾਂ ਨੂੰ ਪੰਜਾਬ ਦੇ ਵਿੱਚ ਲਗਾਤਾਰ ਕਾਲਜ ਆ ਰਹੀਆਂ ਨੇ, ਉਹਨਾਂ ਦੇ ਨਾਲ ਜਿਹੜਾ ਉਹਨਾਂ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਲੇ ਆ ਇਹ ਜਿਹੜੀਆਂ ਸਾਡੇ ਕੇਜਰੀਵਾਲ ਸਾਹਿਬ ਨੇ ਕਿਹਾ, ਬਿਲਕੁਲ ਸਹੀ ਕਿਹਾ, ਕਿਉਂਕਿ ਸਾਡੇ ਕਈ MLA ਨੂੰ ਇੱਦਾਂ ਦੇ ਫੋਨ ਆਏ ਨੇ ਜਿਹਦੇ ਵਿੱਚ ਕਿ ਕਿਹਾ ਗਿਆ ਵੀ ਤੁਸੀਂ ਇੱਧਰ ਆ ਜਾਓ, ਤੁਹਾਨੂੰ ਮਤਲਬ ਹਰ ਤਰ੍ਹਾਂ ਦਾ ਲਾਲਚ ਦਿੱਤਾ ਗਿਆ, ਸਿਆਸੀ ਲਾਲਚ ਵੀ ਦਿੱਤਾ ਗਿਆ, ਪੋਲੀਟੀ ਵੀ ਦਿੱਤੀ, ਮਤਲਬ ਹਰ ਤਰ੍ਹਾਂ ਦਾ ਕੀਤਾ ਗਿਆ। ਨਹੀਂ ਮੈਨੂੰ ਕੋਈ ਨਹੀਂ ਕਰ ਸਕਦਾ, ਮੈਨੂੰ ਤਾਂ ਰੱਬ ਹੀ ਕਾਲ ਕਰੂੰਗਾ ਜਿੱਥੇ ਕਰੂੰਗਾ, ਬਾਕੀ ਮੈਂ ਨਾ BJP ਵਾਲੇ ਕੋਲਾਂ ਦੇ ਵਿੱਚ ਮੈਂ ਆਉਣ ਵਾਲਾ। ਇੱਕ ਪਾਸੇ ਤਾਂ ਦੂਜੇ MLA ਦੀ ਖਰੀਦੋ ਫਰੋਖਤ ਕਰ ਰਹੇ, ਉੱਥੇ ਦੂਜੇ ਪਾਸੇ ਜਿਹੜਾ ਆਪਣੀ ਹਰਿਆਣਾ ਦੇ ਵਿੱਚ ਸਰਕਾਰ ਜਿਹੜੀ ਹੈ, ਕਿਤੇ ਨਾ ਕਿਤੇ ਮਨੋਹਰ ਲਾਲ ਖੱਟਰ ਨੇ ਜਿਹੜਾ ਅਸਤੀਫਾ ਦੇ ਦਿੱਤਾ ਹੈ ਮੰਤਰੀਆਂ ਸਮੇਤ। ਉਹ ਦੇਖੋ ਮੈਂ ਤੁਹਾਨੂੰ ਦੱਸਿਆ ਜਾਂਦਾ, ਕਾਟੋ ਕਲੇਸ਼ ਤਾਂ ਇਹਨਾਂ 'ਚ ਪਿਆ ਹੀ ਹੋਇਆ ਨਾ ਸਾਰਿਆਂ 'ਚ, ਭਾਵੇਂ BJP ਆ, ਭਾਵੇਂ ਕਾਂਗਰਸ ਆ, ਭਾਵੇਂ ਅਕਾਲੀ ਦਲ ਆ, ਕਿਸੇ 'ਚ ਵੀ ਤੁਸੀਂ ਦੇਖ ਲਓ, ਸਭ ਕੁਰਸੀ ਦੀ ਦੌੜ 'ਚ ਲੱਗੇ ਨੇ ਵੀ ਕਿਸੇ ਤਰੀਕੇ ਨਾਲ ਅਸੀਂ ਹਬੜੇ ਫਿਰਦੇ ਨੇ। ਬਈ ਹੁਣ ਤੁਸੀਂ ਆਊਟਡੇਟਡ ਹੋ ਗਏ ਹੋ, ਲੋਕਾਂ ਦੀ ਪਸੰਦ ਹੋਰ ਆ, ਤੁਸੀਂ ਧੱਕੇ ਨਾਲ ਜਿਵੇਂ ਆਪਾਂ ਕਿਸੇ ਕੱਪੜੇ ਦੀ ਦੁਕਾਨ 'ਤੇ ਜਾਂਦੇ ਹਾਂ, ਉਹ ਸੇਲਮੈਨ ਵਾਰ ਵਾਰ ਥਾਣ ਸੁੱਟ ਕੇ ਕੱਪੜੇ ਦੀ, ਆਹੀ ਭੈਣ ਜੀ ਲਓ ਇਹਦਾ ਬੜੀ ਡਿਮਾਂਡ ਆ, ਭੈਣ ਜੀ ਆਹੀ ਲਓ ਇਹਦੀ ਬੜੀ ਡਿਮਾਂਡ ਆ, ਇਹ ਮਤਲਬ ਇਹ ਉਹ ਸੇਲਮੈਨੀਆਂ ਕਰ ਰਹੇ ਨੇ ਹੁਣ। ਮਤਲਬ ਇਸ ਤੋਂ ਇਲਾਵਾ ਮੇਰਾ ਖਿਆਲ ਇਹਨਾਂ ਕੋਲ ਕੁਛ ਨਹੀਂ, ਪਰ ਮਾਲ ਜਿਹੜਾ ਇਹਨਾਂ ਦੀ ਦੁਕਾਨ 'ਚ ਹੈਗਾ ਸੌਦਾ ਪੁਰਾਣਾ ਹੋ ਚੁੱਕਿਆ, ਐਕਸਪਾਇਰਡ ਹੋ ਚੁੱਕਿਆ, ਅਤੇ ਇਸ ਕਰਕੇ ਇਹਨਾਂ ਦਾ ਸੌਦਾ ਹੁਣ ਕਿਸੇ ਨੇ ਲੈਣਾ ਨਹੀਂ। ਦੇਖੋ ਮੈਂ ਕੋਈ ਜੋਸ਼ੀ ਤਾਂ ਹੈ ਨਹੀਂਗਾ, ਠੀਕ ਹੈ ਨਾ, ਮੈਂ ਉਹਦਾ ਕੋਈ ਰੱਖਿਆ ਹੋਇਆ ਹਾਂ, ਪਰ ਜੋ ਲੋਕਾਂ ਦਾ ਅੱਜ ਦੀ ਡੇਟ ਦੇ ਵਿੱਚ ਵਿਊ ਆ, ਉਹ ਮੈਂ ਨਹੀਂ ਕਹਿੰਦਾ, ਸਾਰੇ ਲੋਕ ਕਹਿੰਦੇ ਨੇ। ਇਸ ਕਰਕੇ ਜਨਾਬ ਨੂੰ ਤਾਂ ਆਪਣੀ ਇੱਜ਼ਤ ਬਚਾ ਕੇ ਮੇਰੇ ਹਿਸਾਬ ਨਾਲ
ਇੱਥੋਂ ਕੂਚ ਕਰ ਜਾਣਾ ਚਾਹੀਦਾ, ਜਾਂਚ ਹੀ ਬਿਹਤਰੀ ਹੈ। ਅੱਛਾ ਸਰ, ਲੋਕ ਸਭਾ ਚੋਣਾਂ ਦਾ ਕੱਲ੍ਹ ਆਗਾਜ਼ ਕੀਤਾ ਗਿਆ, ਇੱਕ ਵੱਡੀ ਰੈਲੀ ਜਿਹੜੀ ਕੀਤੀ ਗਈ ਆ, ਜਿਸ ਦੇ ਵਿੱਚ ਖੁਦ ਦਿੱਲੀ ਦੇ ਜਿਹੜੇ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਪਹੁੰਚੇ ਸਨ। ਸਰ, ਕਦੋਂ ਤੱਕ ਜਿਹੜੇ ਨੇ ਕੈਂਡੀਡੇਟਾਂ ਦੀ ਅਨਾਊਂਸ ਹੋਊਗੀ ਲੁਧਿਆਣੇ ਵਾਸਤੇ, ਕੋਈ ਗੱਲਬਾਤ? ਦੇਖੋ, ਇਹ ਸਾਡੇ ਹਾਈਕਮਾਂਡ ਦੇ ਫੈਸਲੇ ਨੇ, ਬਹੁਤ ਜਲਦੀ ਆਉਣ ਵਾਲੇ ਦਿਨਾਂ ਵਿੱਚ, ਤੁਹਾਨੂੰ ਹਫ਼ਤੇ 10 ਦਿਨਾਂ ਦੇ ਵਿੱਚ ਸਾਰੇ ਜਿੰਨੇ ਸਾਡੇ ਮਾਨਯੋਗ ਹਾਈਕਮਾਂਡ ਨੇ ਕੈਂਡੀਡੇਟ ਦੇਣੇ ਆ, ਅੱਛੇ ਕੈਂਡੀਡੇਟ ਦੇਵਾਂਗੇ, ਜਿੱਤਣ ਵਾਲੇ ਦੇਵਾਂਗੇ, ਕੰਮ ਕਰਨ ਵਾਲੇ ਦੇਵਾਂਗੇ, ਲੋਕਾਂ 'ਚ ਰਹਿਣ ਵਾਲੇ ਦੇਵਾਂਗੇ। ਮਤਲਬ ਅਖਬਾਰੀ ਲੀਡਰ ਨਹੀਂ, ਪੋਸਟ ਲੀਡਰ ਨਹੀਂ, ਸਿਰਫ ਜ਼ਮੀਨੀ ਪੱਧਰ 'ਤੇ ਚੱਲਣ ਵਾਲੇ ਲੋਕ ਜਿਹੜੇ ਹੋਣਗੇ, ਔਰ ਜੋ ਲੋਕਾਂ ਨੂੰ ਪਿਆਰ ਕਰਦੇ ਹੋਣਗੇ, ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਣਗੇ ਔਰ ਲੋਕਾਂ ਦੀ ਪਸੰਦ ਹੋਣਗੇ। MLA ਗੋਗੀ ਹੋਰਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੁਧਿਆਣੇ ਦੇ ਵਿੱਚ ਕੋਈ ਪੜ੍ਹਿਆ ਲਿਖਿਆ ਸੂਝਵਾਨ ਉਮੀਦਵਾਰ ਲੈ ਕੇ ਆਵੇਗੀ, ਜੋ ਕਿ ਜ਼ਮੀਨੀ ਪੱਧਰ 'ਤੇ ਕੰਮ ਕਰਨ ਵਾਲਾ ਹੋਵੇਗਾ, ਨਾ ਕਿ ਇਹਨਾਂ ਦੇ ਵਾਂਗ ਡਰਾਮੇਬਾਜ਼ੀ ਕਰਨ ਵਾਲਾ ਹੋਵੇਗਾ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਸ ਸੰਬੰਧੀ ਸਾਡਾ ਆਖਰੀ ਫੈਸਲਾ ਹਾਈਕਮਾਂਡ ਕਰੇਗੀ, ਯਾਨੀ ਕਿ ਦਿੱਲੀ ਵਾਲੇ ਬਾਬੂ ਅਰਵਿੰਦ ਕੇਜਰੀਵਾਲ ਜੀ ਇਸ ਦਾ ਫੈਸਲਾ ਕਰਨਗੇ। ਹਕੀਕਤ TV ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ।